ਫਰੀਦਾਬਾਦ ਦੇ ਥਾਣੇ 'ਚ ਲੱਗਿਆ ਬਿਨਾਂ ਨੰਬਰੀ ਮੋਟਰਸਾਈਕਲ ਦਾ ਅੰਬਾਰ। ਗੁਰਦਾਸਪੁਰ 'ਚ ਚੋਰੀ ਕਰਕੇ ਰੇਤਾ ਲੈ ਜਾ ਰਹੇ ਵਾਹਨ ਚਾਲਕ ਕਾਬੂ। ਧਰਮਕੋਟ ਪਤਨ ਤੋਂ ਮਾਈਨਿੰਗ ਦੌਰਾਨ ਚੋਰੀ ਕੀਤਾ ਸੀ ਰੇਤਾ, ਵਾਹਨ ਚਾਲਕ ਨੇ ਬੀਐਸਐਫ ਦੀ ਗੱਡੀ ਨੂੰ ਟੱਕਰ ਮਾਰਨ ਦੀ ਕੀਤੀ ਕੋਸ਼ਿਸ਼। ਮਾਨਸਾ 'ਚ ਨਗਰ ਕੌਂਸਲ ਦਫ਼ਤਰ ਬਾਹਰ ਸਰਕਾਰ ਖਿਲਾਫ਼ ਪ੍ਰਦਰਸ਼ਨ, ਰੈਗੂਲਰ ਨਾ ਕਰਨ ਤੇ ਤਨਖਾਹ ਨਾ ਮਿਲਣ ਤੇ ਜਤਾਇਆ ਰੋਸ। ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਪੁਲਿਸ ਨੇ ਕਾਰਵਾਈ ਕਰਕੇ ਗਿਰੋਹ ਦੇ ਦੋ ਮੈਂਬਰ ਕੀਤੇ ਗ੍ਰਿਫ਼ਤਾਰ। ਅੰਮ੍ਰਿਤਸਰ 'ਚ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਡੀਸੀ ਦਫ਼ਤਰ ਦਾ ਕੀਤਾ ਘਿਰਾਓ। ਪੰਜਾਬ ਅਤੇ ਚੰਡੀਗੜ੍ਹ ਦੇ ਮੁਲਾਜ਼ਮਾਂ ਦਾ ਇਕੱਠ, ਸਾਂਝੇ ਮੰਚ ਤਹਿਤ ਚੰਡੀਗੜ੍ਹ 'ਚ ਕੀਤਾ ਰੋਸ ਪ੍ਰਦਰਸ਼ਨ। ਸ੍ਰੀ ਮੁਕਤਸਰ ਸਾਹਿਬ ਦੇ ਜਲਾਲਾਬਾਦ ਰੋਡ ਤੇ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ, 72,000 ਰੁਪਏ ਚੋਰੀ ਕਰ ਹੋਏ ਫਰਾਰ। ਸ੍ਰੀ ਮੁਕਤਸਰ ਸਾਹਿਬ 'ਚ ਨਹਿਰ ਕਿਨਾਰਿਓਂ ਮਿਲੀ ਲਾਸ਼, ਨਸ਼ੇ ਕਾਰਨ ਪਿੰਡ ਦੇ ਨੌਜਵਾਨ ਦੀ ਹੋਈ ਮੌਤ। ਪਟਿਆਲਾ ਦੇ ਹਲਕਾ ਸਨੌਰ 'ਚ ਚਾਈਨਾ ਵਾਇਰਸ ਕਾਰਨ ਝੋਨੇ ਦੀ ਫਸਲ ਖਰਾਬ।